ਮੈਂ ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ ਵਾਂ ਸਾਰੇ ਮੀਡੀਆ ਨੂੰ ਅਤੇ ਇਹ ਅੱਜ ਟੋਟਲ 9 ਨੌਜਵਾਨ ਨੇ ਜਿਹੜੇ ਅਸੀਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਦੇ, ਜਿਨ੍ਹਾਂ ਦੇ ਕਿ ਦਫ਼ਤਰ ਜਾ ਕੇ ਕਿਸੇ ਨੂੰ ਇਹ ਨਹੀਂ ਦੱਸਣਾ ਪੈਂਦਾ ਕਿ ਮੈਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਜਾਂ ਕਿੱਥੋਂ ਆਇਆ। ਉਹ ਸਿਰਫ ਕੰਮ ਪੁੱਛਦੇ ਨੇ ਕਿ ਤਨੋਂ ਮਨੋਂ ਕੰਮ ਕਰਦੇ ਨੇ। ਇਹ ਪਿਛਲੇ ਦਸੰਬਰ ਦੇ ਮਹੀਨੇ ਦੇ ਵਿੱਚ ਉੱਥੇ ਪਹੁੰਚੇ ਸੀ ਲੁਧਿਆਣੇ ਨੌਜਵਾਨ ਜਿਹੜੇ ਕਿ ਅਲੱਗ ਅਲੱਗ ਜ਼ਿਲ੍ਹਿਆਂ ਨਾਲ ਸੰਬੰਧਿਤ ਆ, ਅਤੇ ਇਹਨਾਂ ਇਹ ਠੱਗੀ ਦਾ ਸ਼ਿਕਾਰ ਹੋਏ ਬਹੁਤ ਵੱਡਾ 7 ਕੁ ਮਹੀਨੇ ਪਹਿਲਾਂ। ਇੱਥੇ ਬਿਆਸ ਇੱਕ ਕੋਈ ਬੀਬੀ ਰਣਜੀਤ ਕੌਰ 62 ਹੋਈ ਟਰੈਵਲ ਏਜੰਟ ਆ, ਜਿਹੜੀ ਕਿ ਝਾਂਸੇ ਵਿੱਚ ਲਿਆ ਕੇ ਨੌਜਵਾਨਾਂ ਕੋਲੋਂ, ਬੇਰੁਜ਼ਗਾਰ ਨੌਜਵਾਨਾਂ ਕੋਲ 90-90 ਹਜ਼ਾਰ ਰੁਪਈਆ ਲੈ ਕੇ ਪਾਸਪੋਰਟ ਵਸੂਲ ਕਰਕੇ ਇਹਨਾਂ ਨੂੰ ਵਰਕ ਵੀਜ਼ਾ ਕਹਿ ਕੇ ਦੁਬਈ ਭੇਜ ਦਿੱਤਾ। ਦੁਬਈ ਭੇਜਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਸਾਡਾ ਵਾਲਾ ਵਰਕ ਵੀਜ਼ਾ ਨਹੀਂ ਗਾ, ਸਾਡਾ ਸਿਰਫ ਟੂਰਿਸਟ ਵੀਜ਼ਾ ਵਾ। ਉੱਥੇ ਪਹੁੰਚ ਕੇ ਇਹਨਾਂ ਨੂੰ ਜਦੋਂ ਵਿਚਾਰਿਆਂ ਨੂੰ ਲਾਲੇ ਪੈ ਗਏ, ਇਹ ਵਾਪਸ ਆ ਗਏ 15-20 ਦਿਨ ਬਾਅਦ। 15-20 ਦਿਨਾਂ ਬਾਅਦ ਇਹਨਾਂ ਨੇ ਆਪਣੇ ਪਿੰਡਾਂ ਦੇ ਮੋਹਤਬਾਰ ਜਾਂ ਪੁਲਿਸ ਪ੍ਰਸ਼ਾਸਨ ਲੋਕਲ ਇਹਨਾਂ ਦਾ ਜਦੋਂ ਉਹਦੇ ਕੋਲ ਪਹੁੰਚਿਆ ਤਾਂ ਉਹਨੇ ਇਹਨਾਂ ਨੂੰ ਇੱਕ ਐਫੀਡੇਵਿਟ ਦਿੱਤਾ ਜਿਹੜਾ ਕਿ ਸਾਰਿਆਂ ਦੇ ਹੱਥਾਂ ਦੇ ਵਿੱਚ ਆ। ਇੱਕ ਐਫੀਡੇਵਿਟ ਦਿੱਤਾ ਕਿ ਮੈਂ ਵਿਦ ਇਨ 2 ਮੰਥ ਜਾਂ ਇਹਨਾਂ ਦੇ ਪੈਸੇ ਵਾਪਸ ਕਰਾਂਗੀ ਅਤੇ ਜਾਂ ਮੈਂ ਇਹਨਾਂ ਨੂੰ ਵਾਪਸ ਦੁਬਈ ਵਰਕ ਵੀਜ਼ੇ 'ਤੇ ਭੇਜਾਂਗੀ। ਉਸ ਤੋਂ ਬਾਅਦ ਇਹ ਫੇਰੇ ਮਾਰ ਕੇ ਥੱਕ ਗਏ, 7 ਮਹੀਨੇ ਲੰਘ ਗਏ ਨੇ ਅੱਜ ਤੱਕ, ਨਾ ਇਹਨਾਂ ਦੇ ਪੈਸੇ ਵਾਪਸ ਕੀਤੇ, ਨਾ ਕੋਈ ਵਰਕ ਵੀਜ਼ਾ ਅਤੇ ਨਾ ਹੀ ਪਾਸਪੋਰਟ, ਜੋ ਕਿ ਅਣਅਧਿਕਾਰਤ ਤੌਰ 'ਤੇ ਆਪਣੇ ਕੋਲ ਉਹਨੇ ਰੱਖੇ, ਕਿਉਂਕਿ ਪਾਸਪੋਰਟ ਇੱਕ ਭਾਰਤ ਸਰਕਾਰ ਦੀ ਸੰਪਤੀ ਆ। ਪਾਸਪੋਰਟ ਦੀ ਬੈਕ ਸਾਈਡ 'ਤੇ ਖਾਸ ਕਰਕੇ ਲਿਖਿਆ ਹੁੰਦਾ ਵਾ ਕਿ ਇਹ ਜਿਹੜੀ ਆ ਭਾਰਤ ਸਰਕਾਰ ਦੀ ਸੰਪਤੀ ਆ, ਇਸ ਨੂੰ ਕੋਈ ਵੀ ਜਿਹੜਾ ਵਿਅਕਤੀ ਦਾ ਇਹ ਨਾਮ ਹੈ ਉਸ ਤੋਂ ਦੂਜਾ ਬੰਦਾ ਨਹੀਂ ਰੱਖ ਸਕਦਾ। ਅਣਅਧਿਕਾਰਤ ਤੌਰ 'ਤੇ ਰੱਖੇ ਹੋਏ ਸੀ, ਅਤੇ ਅਸੀਂ ਧੰਨਵਾਦੀ ਹਾਂ ਸਰਦਾਰ ਬੈਂਸ ਸਾਹਿਬ ਦੇ ਕਿ ਜਿਨ੍ਹਾਂ ਨੇ ਸਾਨੂੰ ਸਾਡੀ ਡਿਊਟੀ ਲਾਈ, ਅਤੇ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਜ਼ਿਲ੍ਹੇ ਦੀ, ਉਹਨਾਂ ਦੇ ਵੀ ਧੰਨਵਾਦੀ ਹਾਂ। SPD ਸਾਹਿਬ, SSP ਸਾਹਿਬ ਰੂਰਲ ਅੰਮ੍ਰਿਤਸਰ ਦਿਹਾਤੀ, ਅਤੇ DSP ਮਾਨਯੋਗ ਬਾਬਾ ਬਕਾਲਾ ਸਾਹਿਬ, ਇਹਨਾਂ ਨੇ ਪਰਸਨਲ ਖਾਸ ਕਰਕੇ ਦਖਲ ਦਿੱਤਾ, ਨਿੱਜੀ ਇਹਨਾਂ ਨੇ ਹੈਡਿਕ ਲੈ ਕੇ। ਅਤੇ ਕੁਝ ਮੁੰਡੇ ਸਾਡੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਦੀ ਸਵੇਰੇ ਕੁਵੈਤ ਦੀ ਇੰਟਰਵਿਊ ਸੀ ਦਿੱਲੀ ਦੇ ਵਿੱਚ, ਉਹਨਾਂ ਦਾ ਫਿਊਚਰ ਫੇਰ ਜਿਹੜਾ ਵਾ ਧੁੰਦਲਾ ਹੋ ਰਿਹਾ ਸੀਗਾ, ਉਹਨਾਂ ਕੋਲੋਂ ਇੱਕ ਫੇਰ ਗੋਲਡਨ ਚਾਂਸ ਲੰਘ ਰਿਹਾ ਸੀਗਾ, ਅਤੇ ਉਹਨਾਂ ਨੂੰ ਅੱਜ ਥਾਣੇਦਾਰ ਦੀ ਡਿਊਟੀ ਲਾ ਕੇ ਬਿਆਸ ਤੋਂ ASI ਦੀ, ਅਤੇ ਅੱਜ ਜਿਹੜੇ ਆ ਵਸੂਲ ਕੀਤੇ ਪਾਸਪੋਰਟ, ਪਰ ਅਜੇ ਤੱਕ ਪੈਸੇ ਜਿਹੜੇ ਕੋਈ ਉਹਨਾਂ ਦਾ ਵਾਪਸ ਨਹੀਂ ਮਿਲਿਆ। ਟੋਟਲ ਵੈਸੇ ਹੋਰ ਕਿੰਨੇ ਮੁੰਡੇ ਹੋਰ ਇਹਨਾਂ ਦੀ ਜ਼ਬਾਨੀ ਮੈਨੂੰ ਪਤਾ ਲੱਗਾ, ਜਿਹੜੇ ਨੌਜਵਾਨ ਦੁਬਈ ਤੋਂ ਆਏ ਆ, ਕਿ ਇੱਕ ਇਹਨਾਂ ਤੋਂ ਪਹਿਲਾਂ ਉਹਨੇ ਸੈੱਟ ਭੇਜਿਆ ਸੀ ਮੁੰਡਿਆਂ ਦਾ ਗਰੁੱਪ 25 ਮੁੰਡਿਆਂ ਦਾ, ਉਹ ਵੀ ਵਿਚਾਰੇ ਇੱਦਾਂ ਧੱਕੇ ਧੁੱਕੇ ਖਾ ਰਹੇ ਆ। ਹੁਣ ਮੀਡੀਆ ਰਾਹੀਂ ਅਸੀਂ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਉਹ ਵੀ ਸਾਡੇ ਰਾਹੀਂ ਜਾਂ ਜਿਹੜਾ ਵਧੀਆ ਪੁਲਿਸ ਪ੍ਰਸ਼ਾਸਨ ਹੈਗਾ ਅੰਮ੍ਰਿਤਸਰ ਦਿਹਾਤੀ ਦਾ, ਉਹਨਾਂ ਨੂੰ ਪਹੁੰਚ ਕਰੋ ਜਾਂ ਸਾਨੂੰ ਆਣ ਕੇ ਪਹੁੰਚ ਕਰੋ, ਤਾਂ ਕਿ ਅਸੀਂ ਇਸਦੇ ਚੁੰਗਲ ਵਿੱਚੋਂ, ਜਿਹੜੇ ਕਿ ਬੇਰੁਜ਼ਗਾਰ ਪਹਿਲਾਂ ਹੀ ਲੋਕ ਇੰਨੇ ਮਹਿੰਗਾਈ ਦੇ, ਅਤੇ ਖਾਸ ਕਰਕੇ ਬੇਰੁਜ਼ਗਾਰੀ ਦੇ ਮਾਰੇ ਹੋਏ ਆ, ਕਿ ਲੋਕਾਂ ਨੂੰ ਆਪਣੀ ਜਿਹੜੀ ਆ 2 ਵਕਤ ਦੀ ਰੋਟੀ ਵੀ ਔਖੀ ਆ। ਇਹਨਾਂ ਵਿੱਚੋਂ ਕੁਝ ਨੌਜਵਾਨ ਉਹੋ ਜਿਹੇ ਆ ਜਿਹੜੇ ਗਰੀਬ ਆਪਣੇ ਘਰ ਗਹਿਣੇ ਪਾ ਕੇ ਜਾਂ ਆਪਣੀ 2-2, 4-4 ਕਨਾਲ ਜਿਹੜੀ ਜ਼ਮੀਨ ਹੈਗੀ ਉਹ ਵੀ ਗਹਿਣੇ ਪਾ ਕੇ 90-90 ਹਜ਼ਾਰ ਰੁਪਇਆ ਕਰਕੇ ਦਿੱਤਾ, ਪਰ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਨਹੀਂ ਹੈਗੀ। ਇਹਨਾਂ ਨੂੰ ਲੋਕਾਂ ਨੂੰ ਰੱਬ ਭੁੱਲ ਚੁੱਕਾ, ਸਿਰਫ ਇਹਨਾਂ ਦਾ ਇੱਕੋ ਮਕਸਦ ਆ ਪੈਸਾ, ਉਹਦਾ ਕਮਾਉਣ ਦਾ ਤਰੀਕਾ ਭਾਵੇਂ ਕੋਈ ਵੀ ਹੋਵੇ। ਅਤੇ ਕਾਰਵਾਈ ਹੋਈ ਆ ਇਸ ਏਜੰਟ ਦੇ ਉੱਤੇ? ਨਹੀਂ, ਕਾਰਵਾਈ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ। ਫਰਦਰ ਅਸੀਂ SP ਸਾਹਿਬ ਦਾ, SSP ਸਾਹਿਬ ਦਾ, DSP ਦਾ ਪਾਸਪੋਰਟ ਦਵਾਉਣ ਦੇ ਮਾਮਲੇ 'ਤੇ ਧੰਨਵਾਦ ਵੀ ਕਰਦੇ ਹਾਂ, ਅਤੇ ਨਾਲ ਹੀ ਅਸੀਂ ਅਪੀਲ ਵੀ ਕਰਦੇ ਹਾਂ ਕਿ ਉਹਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ, ਤਾਂ ਕਿ ਇਹੋ ਜਿਹੇ ਜਿਹੜੇ ਹੈਗੇ ਆ ਠੱਗ ਲੋਕ ਉਹਨਾਂ ਨੂੰ ਨੱਥ ਪਵੇ, ਅਤੇ ਨਾਲ ਹੀ ਉਹ ਤੋਂ ਜਿਹੜੇ ਪੈਸੇ ਇਹਨਾਂ ਦੇ ਉਹ ਵੀ ਵਸੂਲ ਕਰਵਾਏ ਜਾਣ। ਚੈੱਕ ਕੀਤਾ ਗਿਆ ਕਿ ਉਹਨਾਂ ਕੋਲ ਜਿਹੜੇ ਪੰਜਾਬ ਗਵਰਨਮੈਂਟ ਵੱਲੋਂ ਜਿਹੜੇ ਲਾਇਸੈਂਸ ਇਸ਼ੂ ਕੀਤੇ ਜਾਂਦੇ ਆ, ਲਾਇਸੈਂਸ ਚੈੱਕ ਕੀਤਾ ਗਿਆ ਸੀ ਪਹਿਲਾਂ ਕਿ ਨਹੀਂ? ਨਹੀਂ, ਇਹਨਾਂ ਨੇ ਵੇਖੋ ਜਦੋਂ ਬੰਦਾ ਬੇਰੁਜ਼ਗਾਰੀ ਇੰਨੀ ਆ ਕਿ ਮਤਲਬ ਉਦਾਸ ਆ, ਅੱਧੇ ਨੌਜਵਾਨ ਸਾਡੇ ਨਸ਼ਿਆਂ 'ਚ ਪੈ ਗਏ ਆ, ਕੁਝ ਨੌਜਵਾਨ ਸਾਡੇ ਵੈਸੇ ਡਿਪਰੈਸ਼ਨ 'ਚ ਆ, ਜਦੋਂ ਕੋਈ ਕਿਸੇ ਸਬਜ਼ ਵਿਭਾਗ ਨੌਜਵਾਨਾਂ ਨੂੰ ਵਿਖਾਉਂਦਾ ਨਾ, ਅਤੇ ਨੌਜਵਾਨ ਕੁਝ ਨਹੀਂ ਚੈੱਕ ਕਰਦੇ, ਉਹਨਾਂ ਨੂੰ ਬਸ ਉਹ ਸਬਜ਼ ਵਿਭਾਗ ਦੇਖਦਾ ਕਿ ਇਹ ਮੇਰਾ ਇੱਦਾਂ ਦਾ ਲਾਈਫ ਸਟਾਈਲ ਹੋ ਜਾਣਾ, ਉਹ ਝਾਂਸੇ 'ਚ ਆਣ ਕੇ ਵਿਚਾਰਾ ਪੈਸੇ ਦੇ ਬਹਿੰਦਾ ਵਾ। ਅਤੇ ਇਹ ਖਾਸ ਕਰਕੇ ਕਰਦੇ ਹੀ ਉਹ ਲੋਕ ਆ ਜਿਹੜੇ ਆਫੀਸ਼ੀਅਲ ਤੌਰ ਦੇ ਉੱਤੇ ਜਿਹੜੇ ਕਦੇ ਰਜਿਸਟਰਡ ਨਹੀਂ ਹੈਗੇ, ਜਿਹੜੇ ਧੋਖੇਬਾਜ਼ ਆ ਨਾ, ਉਹ ਠੱਗੀਆਂ ਹੀ ਉਹ ਮਾਰਦੇ ਆ। ਅਸੀਂ ਸਾਰੇ ਏਜੰਟਾਂ ਨੂੰ ਨਹੀਂ ਇਹ ਕਹਿੰਦੇ, ਕੁਝ ਏਜੰਟ ਬਹੁਤ ਵਧੀਆ ਹੈਗੇ ਨੇ ਜਿਹੜੇ ਕਿ ਪ੍ਰੋਪਰ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਆ ਅਤੇ ਲੋਕਾਂ ਨੂੰ ਰੁਜ਼ਗਾਰ ਦਵਾ ਰਹੇ ਆ। ਹਾਂਜੀ ਭਾਈ, ਆਪਣਾ ਨਾਮ ਦੱਸੋ। ਮੇਰਾ ਨਾਮ ਜਗਰੂਪ ਸਿੰਘ ਹੈ, ਅਤੇ ਮੈਂ ਰਣਜੀਤ ਟਰੈਵਲ ਦੇ ਥਰੂ ਮਤਲਬ ਦੁਬਈ ਗਿਆ ਸੀਗਾ, ਟੂਰਿਸਟ ਵੀਜ਼ਾ ਉਹਨਾਂ ਨੇ ਕਹਿ ਮਤਲਬ ਲਵਾਇਆ ਸੀਗਾ ਸਾਡਾ, ਅਤੇ ਉੱਥੇ ਕਾਫੀ ਖਜਲ ਖੁਆਰ ਹੋਣ ਤੋਂ ਬਾਅਦ ਫਿਰ ਕਾਰਵਾਈ ਕਰਨ ਤੋਂ ਬਾਅਦ ਅਸੀਂ ਫਿਰ ਇੱਥੇ ਵਾਪਸ ਆਏ ਹਾਂ। ਅਤੇ ਕਿੰਨੇ ਦਿਨ ਤੁਸੀਂ ਉੱਥੇ ਰਹੇ ਸੀਗੇ ਔਰ ਕਾਹਦੇ ਤੁਸੀਂ ਪੈਸੇ ਦਿੱਤੇ ਸੀਗੇ? ਅਸੀਂ ਉਹਨਾਂ ਨੂੰ ਵਰਕ ਵੀਜ਼ੇ ਦੇ ਪੈਸੇ ਦਿੱਤੇ ਸੀ, ਕਹਿੰਦੇ ਸੀਗੇ ਕਿ ਵਰਕ ਵੀਜ਼ਾ ਲਵਾ ਕੇ ਦੇਵਾਂਗੇ ਉੱਥੇ, ਮਤਲਬ ਰਜਿਸਟਰਡ ਕੰਪਨੀ ਆ ਕੋਈ ਹਨ ਉਹਦੇ ਰਾਹੀਂ, ਪਰ ਉਹਨਾਂ ਨੇ ਜਦੋਂ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਟੂਰਿਸਟ ਵੀਜ਼ਾ ਸੀਗਾ, ਅਤੇ ਫਿਰ ਅਸੀਂ ਉੱਥੇ ਥੋੜ੍ਹੀ ਬਹੁਤੀ ਕਾਰਵਾਈ ਕਰਕੇ, ਜਿੱਦਾਂ ਬੇਅੰਤ ਭਾਅ ਜੀ ਸੀਗੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉੱਥੇ, ਅਤੇ ਫਿਰ ਉਹਨਾਂ ਨੇ ਸਾਨੂੰ ਟਿਕਟਾਂ ਕਰਵਾ ਕੇ ਵਾਪਸ ਇੱਥੇ ਭੇਜਿਆ। ਤੁਹਾਡੇ ਪਾਸਪੋਰਟ ਵਗੈਰਾ ਵੀ ਆਪਣੇ ਕੋਲ ਰੱਖੇ ਗਏ ਸੀਗੇ? ਨਹੀਂ ਜੀ, ਪਾਸਪੋਰਟ ਸਾਡੇ ਆਪਣੇ ਕੋਲ ਸੀਗੇ, ਪਰ ਸਾਡੇ ਕੋਲ ਆਉਣ ਵਾਸਤੇ ਕੋਈ ਮਤਲਬ ਪੈਸਾ ਨਹੀਂ ਸੀਗਾ ਕੋਲ, ਕਿਉਂਕਿ ਸਾਨੂੰ ਕਿਹਾ ਗਿਆ ਸੀਗਾ ਕਿ ਪੈਸਾ ਖਾਣ ਦੀ ਲੋੜ ਨਹੀਂ ਉੱਥੇ, ਤੁਹਾਨੂੰ ਕੰਮ ਦਵਾਇਆ ਜਾਊਗਾ ਜਾਂਦੇ ਟਾਈਮ, ਪਰ ਉੱਥੇ ਕੁਛ ਨਹੀਂ।
ਬੇਅੰਤ ਭਾਈ ਨੇ ਹੈਲਪ ਕੀਤੀ। ਉਸ ਤੋਂ ਬਾਅਦ ਅਸੀਂ ਫਿਰ ਆਪਣੇ ਕੋਲੋਂ ਟਿਕਟਾਂ ਕਰਾ ਕੇ ਅਤੇ ਵਾਪਸ ਆਏ ਹਾਂ। ਵਾਪਸ ਆਉਣ ਤੋਂ ਬਾਅਦ ਅਸੀਂ ਬਟਾਲੇ ਹੈੱਡਕੁਆਟਰ SSP ਨੂੰ ਦਰਖਾਸਤ ਦਿੱਤੀ ਸੀ ਅਤੇ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸਾਡੀ ਸੁਣਵਾਈ ਲੁਧਿਆਣੇ ਜਾ ਕੇ ਬੈਂਸ ਸਾਹਿਬ ਨੇ ਮਤਲਬ ਕਿ ਭਿੰਡਰ ਸਾਹਿਬ ਦੇ ਕੋਲ ਸਾਨੂੰ ਘੱਲਿਆ ਅਤੇ ਉੱਥੇ ਸਾਡੀ ਸੁਣਵਾਈ ਹੋਈ ਹੈ। ਮੈਂ ਬੈਂਸ ਸਾਹਿਬ ਦਾ ਅਤੇ ਭਿੰਡਰ ਸਾਹਿਬ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਅੱਜ ਸਾਡੇ ਪਾਸਪੋਰਟ ਵਾਪਸ ਦਵਾਏ ਆ ਅਤੇ ਜਿਹੜੇ ਸਾਡੇ ਪੈਸੇ ਉਹਦੇ ਕੋਲ ਹਾਲੇ ਫਸੇ ਆ ਅਤੇ ਉਹ ਵੀ ਸਾਡੇ ਵਾਪਸ ਕਰਾਏ ਜਾਣ। ਕਿ ਹੋਰ ਕਿੰਨੇ ਕੁ ਮੁੰਡੇ ਜਿਹੜੇ ਨੇ ਉਹਨਾਂ ਨੇ ਭੇਜੇ ਨੇ, ਕੁਛ ਆਈਡੀਆ ਹੈਗਾ? ਜਦੋਂ ਅਸੀਂ ਬਾਹਰ ਗਏ ਸੀ ਉੱਥੇ ਅਸੀਂ ਹੋਰ ਮੁੰਡੇ ਵੇਖੇ ਜਿਹੜੇ ਇਹਦੇ ਥਰੂ ਆਏ ਸੀ। ਸਾਡਾ 19 ਮੁੰਡਿਆਂ ਦਾ ਗਰੁੱਪ ਸੀ ਅਤੇ 19 ਦੇ ਵਿੱਚੋਂ ਕਈਆਂ ਨੇ ਇਹਨੇ ਮਤਲਬ ਵੀ ਕਮੈਂਟਮੈਂਟ ਥੋੜ੍ਹੀ ਬਹੁਤੀ ਪੈਸੇ ਪੈਸਿਆਂ ਦੀ ਕਰਕੇ ਅਤੇ ਉਹਨਾਂ ਨੂੰ ਆਪਣੇ ਝਾਸੇ 'ਚ ਲੈ ਕੇ ਸਾਈਡ 'ਤੇ ਕਰਤਾ ਅਤੇ ਅਸੀਂ 10 ਮੁੰਡੇ ਰਹਿ ਗਏ ਸੀ ਹੁਣ। ਅਤੇ ਅਸੀਂ 10 ਨੇ ਫਿਰ ਮਤਲਬ ਵੀ ਇੱਧਰ ਬੈਨ ਸਾਹਿਬ ਨੂੰ ਕਹਿ ਕੇ ਆਪਣਾ ਥੋੜ੍ਹਾ ਹੱਲ ਕਰਾਇਆ ਵਾ ਅਤੇ ਪੈਸੇ ਸਾਡੇ ਹਾਲੇ ਉਹਦੇ ਕੋਲ ਹੀ ਆ। ਅਤੇ ਬਾਕੀ ਪਹਿਲਾਂ ਵੀ ਸਾਡੇ ਤੋਂ ਇੱਕ 25 ਮੁੰਡਿਆਂ ਦਾ ਗਰੁੱਪ ਸੀ, ਸਾਡੇ ਲਾਗਲੇ ਪਿੰਡ ਦੇ ਮੁੰਡੇ ਸੀ, ਉਹਨਾਂ ਨੇ ਮੈਨੂੰ ਆਣ ਕੇ ਦੱਸਿਆ ਸੀ ਵੀ 25 ਮੁੰਡੇ ਪਹਿਲਾਂ ਵੀ ਇਹਦੇ ਕੋਲੋਂ ਠੱਗੀ ਦਾ ਸ਼ਿਕਾਰ ਹੋਏ। ਏਜੰਟ ਦਾ ਨਾਮ ਆ ਰਣਜੀਤ ਕੌਰ ਬਾਠ। ਇਹਨਾਂ ਦਾ ਆਫਿਸ ਆ ਇੱਥੇ ਬਿਆਸ। ਤੁਸੀਂ ਕਿੱਦਾਂ ਸੰਪਰਕ 'ਚ ਆਏ? ਇਹ ਸੰਪਰਕ ਇੱਦਾਂ ਹੀ ਮਤਲਬ ਵੀ ਸਾਡੇ ਪਿੰਡੋਂ ਇੱਕ ਮੁੰਡਾ ਘੱਲਿਆ ਸੀ ਇਸਨੇ ਅਤੇ ਉਹਦੇ ਥਰੂ ਅਸੀਂ ਇਹਦੇ ਕੋਲ ਗਏ।